ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ। 2011 ਦਾ ਜਿਹੜਾ ਆਪਾਂ ਪੇਪਰ ਸੋਲਵ ਕਰ ਰਹੇ ਸੀ, ਇਸ ਤੋਂ ਪਹਿਲਾਂ ਆਪਾਂ 15 ਕੁਐਸਚਨ ਕਰ ਚੁੱਕੇ ਹਾਂ। 16 ਤੋਂ ਲੈ ਕੇ 30 ਤੱਕ ਅੱਗੇ ਜਿਹੜੇ ਕੁਐਸਚਨ ਨੇ ਉਹ ਅੱਜ ਆਪਾਂ ਕਰਾਂਗੇ। ਜਿਹੜੇ ਵਿਦਿਆਰਥੀ ਨਵੇਂ ਨੇ, ਪਹਿਲੀ ਵਾਰ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਅਪਲੋਡ ਜਿਹੜੀਆਂ ਵੀਡੀਓ ਨੇ, ਕਾਫੀ ਪੇਪਰ ਅਸੀਂ ਸੋਲਵ ਕਰਕੇ ਪਾਏ ਹੋਏ ਨੇ। ਔਰ SST ਬਾਲ ਵਿਕਾਸ ਵਾਤਾਵਰਨ ਔਰ ਪੰਜਾਬੀ ਵਿਆਕਰਨ ਦੀਆਂ, SST ਮਾਸਟਰ ਕਾਡਰ ਦੀਆਂ, CTET ਦੀਆਂ ਬਹੁਤ ਸਾਰੀਆਂ ਜਿਹੜੀਆਂ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਵੀਡੀਓ ਅਪਲੋਡ ਨੇ, ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ CTET ਅਤੇ PSTET ਦੀ ਤਿਆਰੀ ਜਿਹੜੀ ਉਹ ਕਰ ਸਕਦੇ ਹੋ। ਔਰ ਸਬਸਕ੍ਰਾਈਬ ਕਰਨ ਦੇ ਨਾਲ ਦੂਜਾ ਫਾਇਦਾ ਇਹ ਹੈ ਕਿ ਜੋ ਵੀ ਵੀਡੀਓ ਅਸੀਂ ਅਪਲੋਡ ਕਰਾਂਗੇ, ਆਉਣ ਵਾਲੇ ਟਾਈਮ 'ਚ ਬਹੁਤ ਸਾਰੇ ਟੋਪਿਕ ਜਿਹੜੇ ਨੇ ਡਿਸਕਸ ਕਰਕੇ ਅਪਲੋਡ ਕਰਨ ਜਾ ਰਹੇ ਹਾਂ, ਉਹ ਵੀ ਤੁਹਾਡੇ ਤੱਕ ਜਿਹੜੇ ਨੇ ਉਹ ਪਹੁੰਚ ਜਾਣਗੇ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਕੁਐਸਚਨ ਨੰਬਰ 16 ਤੋਂ। ਵਿਸ਼ੇਸ਼ ਬੱਚਿਆਂ ਨੂੰ ਸਿੱਖਿਆ ਦੀ ਲੋੜ ਹੈ, ਇਹ ਸਿੱਖਿਆ ਦੀ ਕਿਹੜੀ ਕਿਸਮ ਹੈ? ਆਪਸ਼ਨ 1 ਹੈ ਜੀ, ਅਤਿ ਵਿਸ਼ੇਸ਼ ਲੋਕਾਂ ਨੂੰ ਦਿੱਤੀ ਜਾਂਦੀ ਸਿੱਖਿਆ। ਆਪਸ਼ਨ 2 ਹੈ ਜੀ, ਨਿਰਯੋਗਤਾਵਾਂ ਵਾਲੇ ਬੱਚਿਆਂ ਨੂੰ ਦਿੱਤੀ ਜਾਂਦੀ ਸਿੱਖਿਆ। ਆਪਸ਼ਨ 3 ਹੈ ਜੀ, ਬੁੱਧੀਮਾਨ ਲੋਕਾਂ ਨੂੰ ਪ੍ਰਦਾਨ ਕੀਤੀ ਜਾਂਦੀ ਸਿੱਖਿਆ। ਆਪਸ਼ਨ 4 ਹੈ ਜੀ, ਬਸਤੀਵਾਦੀ ਮਾਸਟਰਾਂ ਵੱਲੋਂ ਸਥਾਪਿਤ। ਸੋ ਸਪੈਸ਼ਲ ਨੀਡਸ ਐਜੂਕੇਸ਼ਨ ਜਿਹੜੀ ਹੈ ਉਹ ਕਿਸ ਟਾਈਪ ਦੀ ਐਜੂਕੇਸ਼ਨ ਹੈ, ਕਿਹੜੇ ਵਿਦਿਆਰਥੀਆਂ ਨੂੰ ਜਿਹੜੀ ਇਹ ਦਿੱਤੀ ਜਾਂਦੀ ਹੈ? ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ 2, ਨਿਰਯੋਗਤਾਵਾਂ ਵਾਲੇ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ, ਗਿਵਨ ਟੂ ਦਾ ਪਰਸਨਸ ਵਿਦ ਡਿਸੇਬਿਲਟੀਜ਼। ਤਾਂ ਵਿਸ਼ੇਸ਼ ਸਿੱਖਿਆ ਜਿਹੜੀ ਹੈ, ਵਿਸ਼ੇਸ਼ ਲੋੜਾਂ ਵਾਲੇ ਜਿਹੜੇ ਵਿਦਿਆਰਥੀ ਨੇ, ਜਿਨ੍ਹਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਡਿਸੇਬਿਲਟੀ ਹੈ, ਉਦਾਹਰਣ ਲਈ ਕਿਸੇ ਦੀ ਸੁਣਨ ਦੇ ਵਿੱਚ ਡਿਸੇਬਿਲਟੀ ਹੈ ਜਾਂ ਦੇਖਣ ਦੇ ਵਿੱਚ ਡਿਸੇਬਿਲਟੀ ਹੈ, ਤਾਂ ਅਜਿਹੇ ਵਿਅਕਤੀਆਂ ਨੂੰ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਹ ਨਿਰਯੋਗਤਾਵਾਂ ਵਾਲੇ ਵਿਅਕਤੀਆਂ ਨੂੰ ਜਿਹੜੀ ਸਿੱਖਿਆ ਜਾਂਦੀ ਹੈ ਉਸਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਿੱਖਿਆ ਕਿਹਾ ਜਾਂਦਾ ਹੈ। ਅੱਗੇ ਹੈ ਜੀ 17 ਨੰਬਰ ਕੁਐਸਚਨ, ਕਿਹੜਾ ਸੰਕੇਤ ਬੱਚਿਆਂ ਦੀਆਂ ਨਜ਼ਰਾਂ ਦੀਆਂ ਸਮੱਸਿਆ ਵੱਲ ਇਸ਼ਾਰਾ ਨਹੀਂ ਕਰਦਾ? ਤਾਂ ਆਪਾਂ ਇਹਨਾਂ 'ਚੋਂ ਦੇਖਣਾ ਹੈ ਕਿ ਕਿਹੜਾ ਹੈ ਜਿਹੜਾ ਇੰਡੀਕੇਟ ਨਹੀਂ ਕਰਦਾ ਕਿ ਬੱਚੇ ਨੂੰ ਕੋਈ ਵਿਜ਼ੂਅਲ ਪ੍ਰੋਬਲਮ ਹੈ। ਆਪਸ਼ਨ 1 ਹੈ ਜੀ, ਹਦਾਇਤਾਂ ਦਾ ਪਾਲਣ ਕਰਨ ਵਿੱਚ ਕਠਿਨਾਈ। ਆਪਸ਼ਨ 2 ਹੈ ਜੀ, ਤਿਉੜੀਆਂ ਚੜ੍ਹਾਉਣਾ। ਆਪਸ਼ਨ 3 ਹੈ ਜੀ, ਠੋਕਰ ਖਾਣਾ। ਆਪਸ਼ਨ 4 ਹੈ ਜੀ, ਦੂਰੀ ਦਾ ਅਨੁਮਾਨ ਲਗਾਉਣ ਦੇ ਅਯੋਗ, ਯਾਨੀ ਕਿ ਅਨਏਬਲ ਹੈ ਟੂ ਐਸਟੀਮੇਟ ਡਿਸਟੈਂਸ। ਔਰ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ 1, ਹਦਾਇਤਾਂ ਦਾ ਪਾਲਣ ਕਰਨ ਵਿੱਚ ਕਠਿਨਾਈ, ਡਿਫੀਕਲਟ ਟੂ ਫੋਲੋਇੰਗ ਡਾਇਰੈਕਸ਼ਨਸ। ਤਾਂ ਇੱਥੇ ਜਿਹੜੀਆਂ ਬਾਕੀ ਦੀਆਂ 3 ਆਪਸ਼ਨਾਂ ਨੇ, ਜੇ ਬੱਚਾ ਕਿਸੇ ਤਰ੍ਹਾਂ ਤਿਉੜੀਆਂ ਚੜਾ ਕੇ ਦੇਖਦਾ, ਜਿਵੇਂ ਆਪਾਂ ਅੱਖਾਂ ਨੂੰ ਥੋੜ੍ਹਾ ਜਿਹਾ ਮੀਚ ਕੇ ਦੇਖਦੇ ਕੋਸ਼ਿਸ਼ ਕਰਦੇ ਹਾਂ ਜਦੋਂ ਆਪਾਂ ਨੂੰ ਕੋਈ ਆਈਸੈਟ ਪ੍ਰੋਬਲਮ ਹੁੰਦੀ ਥੋੜ੍ਹੀ ਬਹੁਤੀ, ਜਾਂ ਬੱਚਾ ਠੋਕਰ ਖਾ ਕੇ ਡਿੱਗਦਾ ਜਾਂ ਦੂਰੀ ਦਾ ਸਹੀ ਅਨੁਮਾਨ ਨਹੀਂ ਲਗਾਉਂਦਾ, ਤਾਂ ਇਹ ਜਿਹੜੀਆਂ ਨੀਚੇ ਵਾਲੀਆਂ 3 ਨੇ, 2, 3 ਅਤੇ 4 ਨੰਬਰ ਜਿਹੜੀ ਆਪਸ਼ਨ ਨੇ, ਇਹ ਸੰਕੇਤ ਕਰਦੀਆਂ ਨੇ ਕਿ ਬੱਚੇ ਦੇ ਕੋਈ ਨਾ ਕੋਈ ਵਿਜ਼ੂਅਲ ਪ੍ਰੋਬਲਮ ਹੈ, ਇਸ ਕਰਕੇ ਬੱਚਾ ਜਿਹੜਾ ਇਸ ਤਰ੍ਹਾਂ ਕਰ ਰਿਹਾ। ਪਰ ਜੇਕਰ ਹਦਾਇਤਾਂ ਦੀ ਇੰਸਟਰਕਸ਼ਨ ਦੀ ਸਹੀ ਪਾਲਣਾ ਕਰਨ ਦੇ ਵਿੱਚ ਕਠਿਨਾਈ ਮਹਿਸੂਸ ਕਰਦਾ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਬੱਚੇ ਨੂੰ ਨਜ਼ਰਾਂ ਦੀ ਸਮੱਸਿਆ, ਕੋਈ ਵਿਜ਼ੂਅਲ ਪ੍ਰੋਬਲਮ ਹੈ। ਇਸ ਕਰਕੇ ਜਿਹੜਾ ਆਂਸਰ 1 ਹੈ ਉਹ ਆਪਣਾ ਆਂਸਰ ਹੈ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 18, ਬੋਲਣ ਦੇ ਵਿਕਾਰ, ਯਾਨੀ ਕਿ ਬੱਚੇ ਨੂੰ ਸਪੀਚ ਦੇ ਵਿੱਚ ਕੋਈ ਪ੍ਰੋਬਲਮ ਹੈ, ਸਹੀ ਬੋਲਦਾ ਨਹੀਂ, ਵਾਲੇ ਬੱਚਿਆਂ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ਜਾ ਸਕਦੀ ਹੈ? ਆਪਸ਼ਨ 1 ਹੈ ਜੀ, ਉਹਨਾਂ ਨੂੰ ਜਮਾਤ ਵਿੱਚ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਨਾ। ਆਪਸ਼ਨ 2 ਹੈ ਜੀ, ਉਹਨਾਂ ਦੀ ਸਹੀ ਧੁਨੀਆਂ ਦਾ ਉਚਾਰਨ ਕਰਨ ਵਿੱਚ ਸਹਾਇਤਾ ਕਰਨਾ। ਆਪਸ਼ਨ 3 ਹੈ ਜੀ, ਉਹਨਾਂ ਦੀਆਂ ਆਪਣੀਆਂ ਤਰੁੱਟੀਆਂ ਸੁਣਨ ਵਿੱਚ ਸਹਾਇਤਾ ਕਰਨਾ। ਆਪਸ਼ਨ 4 ਹੈ ਜੀ, ਪੂਰੀ ਜਾਂਚ ਲਈ ਕਿਸੇ ਮਾਹਰ ਕੋਲ ਭੇਜਣਾ। ਤਾਂ ਇਸਦਾ ਜਿਹੜਾ ਆਂਸਰ ਹੈ ਉਹ ਜੀ ਆਪਸ਼ਨ 1, ਬੋਲਣ ਦਾ ਵਿਕਾਰ ਹੈ, ਕੋਈ ਬੱਚਾ ਸਹੀ ਤਰੀਕੇ ਨਾਲ ਬੋਲ ਨਹੀਂ ਪਾ ਰਿਹਾ, ਤੋਤਲਾ ਬੋਲਦਾ ਜਾਂ ਅੜ ਅੜ ਕੇ ਬੋਲਣ ਦੀ ਪ੍ਰੋਬਲਮ ਹੋ ਸਕਦੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਉਸਨੂੰ ਸਪੀਚ ਦੇ ਵਿੱਚ, ਤਾਂ ਜੇਕਰ ਅਸੀਂ ਉਸਨੂੰ ਉਤਸ਼ਾਹਿਤ ਕਰਾਂਗੇ ਬੋਲਣ ਦੇ ਲਈ, ਆਪਣੇ ਵਿਚਾਰ ਪ੍ਰਗਟ ਕਰਨ ਲਈ, ਤਾਂ ਉਸ ਨਾਲ ਜਿਹੜੀ ਇਹ ਸਮੱਸਿਆ ਉਸਦੀ ਹੱਲ ਹੋ ਸਕਦੀ ਹੈ। ਤਾਂ ਆਪਸ਼ਨ 1 ਹੈ ਜਿਹੜਾ ਆਪਣਾ ਆਂਸਰ ਹੈ, ਉਹਨਾਂ ਨੂੰ ਜਮਾਤ ਵਿੱਚ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਨ। ਕੁਐਸਚਨ ਨੰਬਰ 19 ਹੈ ਜੀ 19 ਹੈ, ਪ੍ਰਬੁੱਧ ਬੱਚਾ ਯਾਨੀ ਕਿ ਗਿਫਟਡ ਚਾਈਲਡ ਕਿਹੜਾ ਹੁੰਦਾ ਹੈ? ਆਪਸ਼ਨ 1 ਹੈ ਜੀ, ਤੇਜ਼ੀ ਨਾਲ ਅਤੇ ਸੌਖੀ ਤਰ੍ਹਾਂ ਸਿੱਖਦਾ ਹੈ। ਆਪਸ਼ਨ 2 ਹੈ ਜੀ, ਜੋ ਕੁਝ ਉਸਨੇ ਸੁਣਿਆ ਜਾਂ ਪੜ੍ਹਿਆ ਹੁੰਦਾ ਹੈ ਉਸਨੂੰ ਬਹੁਤੇ ਰੱਟੇ ਦੀ ਮਸ਼ਕ ਤੋਂ ਬਿਨਾਂ ਯਾਦ ਰੱਖਦਾ ਹੈ। ਆਪਸ਼ਨ 3 ਹੈ ਜੀ, ਚੀਜ਼ਾਂ ਨੂੰ ਤਰਕ 'ਤੇ ਪਰਖਦਾ ਹੈ। ਆਪਸ਼ਨ 4 ਹੈ ਜੀ, ਉਪਰੋਕਤ ਸਾਰੇ। ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ 4, ਜਿਹੜਾ ਗਿਫਟਡ ਚਾਈਲਡ ਹੁੰਦਾ, ਤੇਜ਼ੀ ਨਾਲ ਸੌਖੀ ਤਰ੍ਹਾਂ ਸਿੱਖਦਾ ਹੈ, ਰੱਟਾ ਲਾਉਣ ਦੀ ਵੀ ਉਸਨੂੰ ਜ਼ਰੂਰਤ ਨਹੀਂ ਪੈਂਦੀ, ਔਰ ਹਰ ਚੀਜ਼ ਨੂੰ ਜੋ ਹੈ ਤਰਕ 'ਤੇ ਪਰਖਦਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 20,
ਮੰਦ ਸਿੱਖਿਆਰਥੀ ਜਿਨ੍ਹਾਂ ਦੀਆਂ ਸਿੱਖਿਆਤਮਕ ਪ੍ਰਾਪਤੀਆਂ ਉਹਨਾਂ ਦੀਆਂ ਪ੍ਰਕਿਰਤਿਕ ਯੋਗਤਾਵਾਂ ਤੋਂ ਘੱਟ ਹਨ ਉਹਨਾਂ ਨੂੰ ਆਖਿਆ ਜਾਂਦਾ ਹੈ। ਸੋ ਸਲੋ ਲਰਨਰ ਵਿਦਿਆਰਥੀ ਜਿਨ੍ਹਾਂ ਦੀਆਂ ਐਜੂਕੇਸ਼ਨਲ ਜਿਹੜੀਆਂ ਅਚੀਵਮੈਂਟਸ ਕਹਿ ਸਕਦੇ ਹਾਂ ਆਪਾਂ ਪ੍ਰਾਪਤੀਆਂ ਨੇ ਉਹ ਜੋ ਉਹਨਾਂ ਦੀਆਂ ਪ੍ਰਕਿਰਤਿਕ ਯੋਗਤਾਵਾਂ ਨੇ ਉਹਨਾਂ ਤੋਂ ਘੱਟ ਹਨ, ਯਾਨੀ ਕਿ ਜੋ ਉਹ ਯੋਗ ਨੇ ਜੋ ਕੁਛ ਪ੍ਰਾਪਤ ਕਰਨ ਦੇ ਉਹ ਪ੍ਰਾਪਤ ਨਹੀਂ ਕਰ ਪਾਉਂਦੇ ਤਾਂ ਉਹਨਾਂ ਨੂੰ ਆਖਿਆ ਜਾਂਦਾ ਹੈ। ਆਪਸ਼ਨ 1 ਹੈ ਜੀ ਪਛੜੇ ਹੋਏ, ਆਪਸ਼ਨ 2 ਹੈ ਜੀ ਪ੍ਰਬੁੱਧ, ਆਪਸ਼ਨ 3 ਹੈ ਜੀ ਕਿਸ਼ੋਰ ਅਪਚਾਰੀ, ਆਪਸ਼ਨ 4 ਹੈ ਜੀ ਮਾਨਸਿਕ ਤੌਰ 'ਤੇ ਅਵਰੁੱਧ। ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ 1, ਪਛੜੇ ਹੋਏ ਅਜਿਹੇ ਵਿਦਿਆਰਥੀ ਮੰਦ ਸਿੱਖਿਆਰਥੀ ਜਿਨ੍ਹਾਂ ਦੀਆਂ ਸਿੱਖਿਆ ਪ੍ਰਾਪਤੀਆਂ ਜਿਹੜੀਆਂ ਨੇ ਉਹਨਾਂ ਦੀਆਂ ਪ੍ਰਕਿਰਤਿਕ ਯੋਗਤਾਵਾਂ ਤੋਂ ਘੱਟ ਹੁੰਦੀਆਂ ਨੇ ਉਹਨਾਂ ਨੂੰ ਪਛੜੇ ਹੋਏ ਜਾਂ ਆਪਾਂ ਕਹਿ ਸਕਦੇ ਹਾਂ ਬੈਕਵਰਡ ਵਿਦਿਆਰਥੀ ਜਿਹੜਾ ਉਹ ਕਿਹਾ ਜਾਂਦਾ ਹੈ। ਅੱਗੇ ਹੈ ਜੀ 21, ਜਮਾਤ ਵਿੱਚ ਪ੍ਰਭਾਵਕਾਰੀ ਲੈਕਚਰ ਦਿੰਦਾ ਹੋਇਆ ਅਧਿਆਪਕ। ਆਪਸ਼ਨ 1 ਹੈ ਜੀ ਅੱਖਾਂ ਦਾ ਸੰਪਰਕ ਸਥਾਪਿਤ ਕਰਦਾ ਹੈ, ਆਪਸ਼ਨ 2 ਹੈ ਜੀ ਅਰਥਪੂਰਨ ਸੰਕਤਾਂ ਦਾ ਪ੍ਰਯੋਗ ਕਰਦਾ ਹੈ, ਆਪਸ਼ਨ 3 ਹੈ ਜੀ ਲੈਕਚਰ ਸਟੈਂਡ ਸਾਹਮਣੇ ਸਥਿਰ ਖੜ੍ਹਾ ਹੁੰਦਾ ਹੈ, ਆਪਸ਼ਨ 4 ਹੈ ਜੀ ਆਪਣੀ ਸੁਰ ਅਤੇ ਤਾਨ ਨੂੰ ਬਦਲਦਾ ਰਹਿੰਦਾ ਹੈ। ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ 2, ਅਰਥਪੂਰਨ ਸੰਕਤਾਂ ਦਾ ਪ੍ਰਯੋਗ ਕਰਦਾ ਹੈ। ਨੈਕਸਟ ਹੈ ਜੀ ਕੁਸ਼ਚਨ ਨੰਬਰ 22, ਉਸ ਮਾਧਿਅਮ ਦੀ ਉਦਾਹਰਣ ਜਿਹੜਾ ਸਿੱਖਿਆਰਥੀਆਂ ਨੂੰ ਦੇਖਣ ਯੋਗ ਰਿਪੋਰਟਾਂ ਦੇ ਸਾਧਨਾਂ ਰਾਹੀਂ ਦੂਰਵਰਤੀ ਸਥਾਨਾਂ 'ਤੇ ਲੈ ਜਾਂਦਾ ਹੈ। ਆਪਸ਼ਨ 1 ਹੈ ਜੀ ਸਿੱਖਿਆਰਥੀ ਟੈਲੀਵਿਜ਼ਨ, ਆਪਸ਼ਨ 2 ਹੈ ਜੀ ਸਿੱਖਿਆਤਮਕ ਪ੍ਰਸਾਰਣ, ਆਪਸ਼ਨ 3 ਹੈ ਜੀ ਓਵਰਹੈੱਡ ਪ੍ਰੋਜੈਕਟ, ਆਪਸ਼ਨ 4 ਹੈ ਜੀ ਟੈਲੀਫੋਨ। ਸੋ ਇਹਨਾਂ ਦੇ ਵਿੱਚੋਂ ਆਪਾਂ ਦੇਖਣਾ ਹੈ ਕਿ ਉਹ ਕਿਹੜਾ ਮਾਧਿਅਮ ਹੈ, ਉਹ ਉਸ ਮਾਧਿਅਮ ਦੀ ਉਦਾਹਰਣ ਦੇਖਣੀ ਕਿ ਜਿਹੜਾ ਵਿਦਿਆਰਥੀਆਂ ਨੂੰ ਸਿੱਖਿਆਰਥੀਆਂ ਨੂੰ ਦੇਖਣ ਯੋਗ ਰਿਪੋਰਟਾਂ ਯਾਨੀ ਕਿ ਦੇਖਣ ਦੇ ਸਾਧਨਾਂ ਦੇ ਰਾਹੀਂ ਦੂਰਵਰਤੀ ਸਥਾਨਾਂ 'ਤੇ ਲੈ ਜਾਂਦਾ, ਦੂਰਵਰਤੀ ਜਿਹੜੇ ਦੂਰ ਦੇ ਸਥਾਨ ਨੇ ਉਹ ਉਸਨੂੰ ਦਿਖਾ ਸਕਦਾ ਹੈ। ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ 1, ਐਜੂਕੇਸ਼ਨਲ ਟੈਲੀਵਿਜ਼ਨ, ਸਿੱਖਿਆਰਥੀ ਟੈਲੀਵਿਜ਼ਨ ਜਿਹੜਾ ਉਹ ਅਜਿਹਾ ਮਾਧਿਅਮ ਹੈ ਜਿਹੜਾ ਸਿੱਖਿਆਰਥੀ ਨੂੰ ਦੇਖਣ ਯੋਗ ਰਿਪੋਰਟਾਂ ਦੇ ਸਾਧਨਾਂ ਰਾਹੀਂ ਦੂਰਵਰਤੀ ਸਥਾਨਾਂ 'ਤੇ ਥਾਵਾਂ 'ਤੇ ਲੈ ਜਾਂਦਾ ਹੈ। ਅੱਗੇ ਹੈ ਜੀ ਕੁਸ਼ਚਨ ਨੰਬਰ 23, ਵਿਦਿਆਰਥੀਆਂ ਨਾਲ ਸੰਚਾਰ ਦਾ ਮਤਲਬ ਹੈ। ਤਾਂ ਕਮਿਊਨੀਕੇਸ਼ਨ ਵਿਦ ਸਟੂਡੈਂਟਸ ਮੀਨਸ ਤਾਂ ਕੀ ਮਤਲਬ ਹੈ ਇਸਦਾ? ਆਪਸ਼ਨ 1 ਹੈ ਜੀ ਉਹਨਾਂ ਨੂੰ ਕੰਮ ਕਰਨ ਲਈ ਆਖਣਾ, ਆਪਸ਼ਨ 2 ਹੈ ਜੀ ਵਿਚਾਰ ਵਟਾਂਦਰਾ, ਆਪਸ਼ਨ 3 ਹੈ ਜੀ ਉਹਨਾਂ ਨੂੰ ਹਦਾਇਤਾਂ ਦੇਣੀਆਂ, ਆਪਸ਼ਨ 4 ਹੈ ਜੀ ਆਪਣੇ ਵਿਚਾਰਾਂ ਤੋਂ ਉਹਨਾਂ ਨੂੰ ਸੂਚਿਤ ਕਰਨਾ। ਤਾਂ ਇਸਦਾ ਜਿਹੜਾ ਮਤਲਬ ਹੈ, ਅਰਥ ਹੈ, ਮੀਨਸ ਹੈ ਕਮਿਊਨੀਕੇਸ਼ਨ ਵਿਦ ਸਟੂਡੈਂਟਸ ਦਾ ਉਹ ਹੈ ਜੀ ਆਪਸ਼ਨ 2, ਵਿਚਾਰ ਵਟਾਂਦਰਾ, ਐਕਸਚੇਂਜ ਆਫ ਆਈਡੀਆਜ਼। ਨੈਕਸਟ ਹੈ ਜੀ ਕੁਸ਼ਚਨ ਨੰਬਰ 24, ਇੱਕ ਕੌਸ਼ਲ ਸਿੱਖਣ ਦੀ ਪਹਿਲੀ ਅਵਸਥਾ ਹੈ। ਕੋਈ ਵੀ ਕੌਸ਼ਲ ਸਿੱਖਣਾ, ਸਕਿੱਲ ਸਿੱਖਣਾ ਤਾਂ ਉਸਦੀ ਪਹਿਲੀ ਅਵਸਥਾ ਕਿਹੜੀ ਹੈ? ਆਪਸ਼ਨ 1 ਹੈ ਜੀ ਪਰਿਸ਼ੁੱਧਤਾ, ਆਪਸ਼ਨ 2 ਹੈ ਜੀ ਵਿਹਾਰ ਕੁਸ਼ਲਤਾ, ਆਪਸ਼ਨ 3 ਹੈ ਜੀ ਤਾਲਮੇਲ, ਆਪਸ਼ਨ 4 ਹੈ ਜੀ ਅਨੁਕਰਨ। ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ 4। ਕੋਈ ਵੀ ਕੌਸ਼ਲ ਸਿੱਖਣਾ ਤਾਂ ਉਹਦੀ ਜਿਹੜੀ ਪਹਿਲੀ ਸਟੇਜ ਹੈ, ਫਸਟ ਸਟੇਜ ਹੈ ਕਿਸੇ ਵੀ ਸਕਿੱਲ ਨੂੰ ਸਿੱਖਣ ਲਈ, ਲਰਨ ਕਰਨ ਲਈ, ਤਾਂ ਹੈ ਜੀ ਅਨੁਕਰਨ, ਇਮੀਟੇਸ਼ਨ। ਕੋਈ ਵੀ ਸਿੱਖਣਾ ਹੈ ਕੌਸ਼ਲ ਤਾਂ ਪਹਿਲਾਂ ਉਸਦੀ ਜਿਹੜੀ ਹੈ ਨਕਲ ਕੀਤੀ ਜਾਂਦੀ ਹੈ। ਅਨੁਕਰਨ ਦਾ ਮਤਲਬ ਹੁੰਦਾ ਨਕਲ ਕਰਨਾ, ਔਰ ਨਕਲ ਕਰਕੇ ਸਿੱਖਿਆ ਜਾਂਦਾ ਹੈ। ਜਿਵੇਂ ਉਦਾਹਰਣ ਲਈ ਬੱਚਾ ਜਿਹੜਾ ਭਾਸ਼ਾ ਸਿੱਖਦਾ ਹੈ ਤਾਂ ਪਹਿਲਾਂ ਉਹ ਵੱਡਿਆਂ ਦੀ ਨਕਲ ਕਰਦਾ ਹੈ, ਉਸ ਤਰ੍ਹਾਂ ਬੋਲਣਾ ਜਿਹੜਾ ਉਹ ਸਿੱਖਦਾ, ਅਨੁਕਰਨ ਕਰਦਾ ਹੈ, ਤਾਂ ਉਸਦੇ ਅੰਦਰ ਜਿਹੜਾ ਹੈ ਭਾਸ਼ਾ ਨੂੰ ਬੋਲਣ ਦਾ ਕੌਸ਼ਲ ਵਿਕਸਿਤ ਹੁੰਦਾ, ਡਿਵੈਲਪ ਹੁੰਦਾ। ਕੁਸ਼ਚਨ ਨੰਬਰ 25 ਹੈ ਜੀ ਕਿਹੜੀ ਸਥੂਲ ਧਾਰਨਾ ਦੀ ਉਦਾਹਰਣ ਨਹੀਂ ਹੈ? ਆਪਸ਼ਨ 1 ਹੈ ਜੀ ਯੋਗਤਾ, ਆਪਸ਼ਨ 2 ਹੈ ਜੀ ਕੁਰਸੀ, ਆਪਸ਼ਨ 3 ਹੈ ਜੀ ਬਲ, ਆਪਸ਼ਨ 4 ਹੈ ਜੀ ਗਤੀ। ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ 1, ਯੋਗਤਾ ਐਬਿਲਿਟੀ ਜਿਹੜੀ ਹੈ ਉਹ ਕੰਕਰੀਟ ਕਨਸੈਪਟ ਦੀ ਜਿਹੜੀ ਇਗਜ਼ਾਮਪਲ ਹੈ ਉਹ ਨਹੀਂ ਹੈ। ਕੁਸ਼ਚਨ ਨੰਬਰ 26 ਹੈ ਜੀ ਪੜ੍ਹਨ ਦੀ ਤਕਨੀਕ ਜਿਸ ਦੀ ਵਰਤੋਂ ਅਨੁਕਰਮਿਕਤਾ ਜਾਂ ਸਮ ਅਰਥ ਕੋਸ਼ ਵਿੱਚ ਪਦਾਂ ਅਤੇ ਸੰਦਰਭ ਲੱਭਣ ਵਾਸਤੇ ਕੀਤੀ ਜਾਂਦੀ ਹੈ ਉਸਨੂੰ ਆਖਿਆ ਜਾਂਦਾ ਹੈ। ਆਪਸ਼ਨ 1 ਹੈ ਜੀ ਪੜ੍ਹਨ ਦੀ ਕੁੰਜੀ, ਆਪਸ਼ਨ 2 ਹੈ ਜੀ ਪੁਨਰ ਪੜ੍ਹਨਾ, ਆਪਸ਼ਨ 3 ਹੈ ਜੀ ਸਕੈਨਿੰਗ, ਆਪਸ਼ਨ 4 ਹੈ ਜੀ ਰੱਟਾ। ਸੋ ਰੀਡਿੰਗ ਤਕਨੀਕ ਹੈ ਜੀ ਦੈਟ ਵੁੱਡ ਬੀ ਇੰਪਲਾਇਡ ਟੂ ਲੋਕੇਟ ਟਰਮਸ ਐਂਡ ਰੈਫਰੈਂਸ ਇਨ ਐਨ ਇੰਡੈਕਸ, ਤਾਂ ਉਸਨੂੰ ਕੀ ਕਿਹਾ ਜਾਂਦਾ ਹੈ? ਸਕੈਨਿੰਗ ਕਿਹਾ ਜਾਂਦਾ ਹੈ ਜੀ ਪੜ੍ਹਨ ਦੀ ਉਸ ਤਕਨੀਕ ਨੂੰ ਜਿਸ ਦੀ ਵਰਤੋਂ ਅਨੁਕਰਮਿਕਤਾ ਜਾਂ ਸਮ ਅਰਥ ਕੋਸ਼ ਵਿੱਚ ਪਦਾਂ ਦੇ ਸੰਦਰਭ ਲੱਭਣ ਵਾਸਤੇ ਕੀਤੀ ਜਾਵੇਗੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 27, ਅਭਿਪ੍ਰੇਰਨ ਲੋੜਾਂ ਤੋਂ ਸ਼ੁਰੂ ਹੁੰਦਾ ਹੈ। ਸੋ ਮੋਟੀਵੇਸ਼ਨ ਜਿਹੜੀ ਹੈ ਉਹ ਨੀਡਸ ਤੋਂ ਸ਼ੁਰੂ ਹੁੰਦੀ ਹੈ ਜਿਹੜੀ ਸਾਡੇ ਸਾਰਿਆਂ ਵਿੱਚ ਵਿਦਮਾਨ ਹੈ ਔਰ ਜਿਹੜੀ ਕਿ ਸਾਰਿਆਂ ਦੇ ਵਿੱਚ ਹੁੰਦੀ ਹੈ, ਵਿਚ ਇਜ਼ ਐਗਜਿਸਟ ਇਨ ਆਲ।
ਜਿਸ ਲੋੜ ਨੂੰ ਵਿਦਿਆਰਥੀ ਸਭ ਤੋਂ ਪਹਿਲਾਂ ਪੂਰੀ ਕਰਨਾ ਚਾਹੇਗਾ ਉਸਦਾ ਸੰਬੰਧ ਕਿਸ ਨਾਲ ਹੈ? ਆਪਸ਼ਨ ਇੱਕ ਹੈ ਜੀ ਸਨਮਾਨ, ਸਨਮਾਨ ਨਾਲ, ਸਨਮਾਨ ਪਾਉਣ ਲਈ ਉਹ ਕਰੇਗਾ, ਉਸਦੇ ਅੰਦਰ ਮੋਟੀਵੇਸ਼ਨ ਆਏਗੀ, ਜਾਂ ਨੰਬਰ ਦੋ ਹੈ ਸਰੀਰਕ, ਨੰਬਰ ਤਿੰਨ ਹੈ ਸਮਾਜਿਕ, ਨੰਬਰ ਚਾਰ ਹੈ ਆਤਮ ਸਿੱਧੀ। ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ ਦੋ, ਸਰੀਰਕ ਜਿਹੜੀ ਉਸਦੀ ਲੋੜ ਹੈ, ਫਿਜੀਕਲ ਜੋ ਉਸਦੀ ਨੀਡ ਹੈ ਉਹ ਸਭ ਤੋਂ ਪਹਿਲਾਂ ਪੂਰੀ ਉਹ ਕਰਨਾ ਚਾਹੇਗਾ। ਉਦਾਹਰਣ ਲਈ ਜੇ ਉਸਨੂੰ ਭੁੱਖ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਸਰੀਰਕ ਲੋੜ ਹੈ ਉਸਦੀ ਭੁੱਖ, ਤਾਂ ਉਸਨੂੰ ਪਹਿਲਾਂ ਉਹ ਜਿਹੜਾ ਹੈ ਪੂਰੀ ਕਰਨਾ ਚਾਹੇਗਾ। ਕੁਐਸਚਨ ਨੰਬਰ 28 ਹੈ, ਜਮਾਤ ਵਿੱਚ ਵਿਸ਼ੇ ਦਾ ਪਰੀਚੇ ਦੇਣ ਲਈ ਇੰਟਰੋਡਿਊਸ ਕਰਨਾ ਕੋਈ ਵੀ ਅਧਿਆਪਕ ਨੇ ਵਿਸ਼ਾ, ਤਾਂ ਅਧਿਆਪਕ ਨੂੰ ਪਹਿਲੀ ਗਤੀਵਿਧੀ ਕੀ ਕਰਨੀ ਚਾਹੀਦੀ ਹੈ? ਆਪਸ਼ਨ ਇੱਕ ਹੈ ਜੀ ਤਰਕ ਆਧਾਰ ਦੀ ਵਿਆਖਿਆ ਕਰਨਾ, ਆਪਸ਼ਨ ਦੋ ਹੈ ਜੀ ਉਦੇਸ਼ਾਂ ਦੀ ਸੂਚਨਾ ਦੇਣੀ, ਆਪਸ਼ਨ ਤਿੰਨ ਹੈ ਜੀ ਜ਼ੁਬਾਨੀ ਵਿਸ਼ੇ ਬਾਰੇ ਦੱਸਣਾ, ਆਪਸ਼ਨ ਚਾਰ ਹੈ ਜੀ ਚਾਕਬੋਰਡ ਉੱਪਰ ਵਿਸ਼ਾ ਲਿਖਣਾ। ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ ਵਨ, ਤਰਕ ਆਧਾਰ ਦੀ ਵਿਆਖਿਆ ਕਰਨਾ। ਜਮਾਤ ਦੇ ਵਿੱਚ ਜੇਕਰ ਅਧਿਆਪਕ ਨੇ ਕਿਸੇ ਵਿਸ਼ੇ ਦਾ ਪਰਿਚੇ ਦੇਣਾ ਹੈ, ਇੰਟਰੋਡਿਊਸ ਕਰਨਾ ਕੋਈ ਵਿਸ਼ਾ, ਤਾਂ ਉਸਦੇ ਲਈ ਉਹ ਪਹਿਲਾਂ ਤਰਕ ਆਧਾਰ ਦੀ ਜਿਹੜੀ ਵਿਆਖਿਆ ਉਹ ਕਰੇਗਾ। ਕੁਐਸਚਨ ਨੰਬਰ 29 ਜੀ ਸੁਦ੍ਰਿੜੀਕਰਨ ਦੀ ਉਦਾਹਰਨ ਕਿਹੜੀ ਹੈ? ਰੀਇਨਫੋਰਸਮੈਂਟ ਦੀ ਇਗਜ਼ਾਮਪਲ ਦੇਖਣੀ ਆਪਾਂ ਇਹਨਾਂ ਦੇ ਵਿੱਚੋਂ ਕਿਹੜੀ ਹੈ? ਆਪਸ਼ਨ ਇੱਕ ਹੈ ਜੀ ਨਹੀਂ ਲਤਾ ਉੱਤਰ 45 ਨਹੀਂ ਹੈ, ਨੰਬਰ ਦੋ ਹੈ ਜੀ ਕਮਲਾ ਕੀ ਤੂੰ ਕੀਰਤੀ ਦੀ ਉਸਦੇ ਉੱਤਰ ਵਿੱਚ ਸਹਾਇਤਾ ਨਹੀਂ ਕਰ ਸਕਦੀ, ਆਪਸ਼ਨ ਤਿੰਨ ਹੈ ਜੀ ਨਹੀਂ ਹਮੇਸ਼ਾ ਵਾਂਗ ਤੁਸੀਂ ਗਲਤ ਹੋ, ਆਪਸ਼ਨ ਚਾਰ ਹੈ ਜੀ ਸੁਨੀਤੀ ਤੁਸੀਂ ਠੀਕ ਹੀ ਕਿਹਾ ਹੈ, ਸੁਨੀਤੀ ਯੂ ਹੈਵ ਸੈਡ ਰਾਈਟਲੀ। ਤਾਂ ਇਸਦਾ ਜਿਹੜਾ ਆਂਸਰ ਹੈ ਇਸਦੇ ਵਿੱਚੋਂ ਜਿਹੜੀ ਉਦਾਹਰਨ ਹੈ ਰੀਇਨਫੋਰਸਮੈਂਟ ਦੀ ਸੁਦ੍ਰਿੜੀਕਰਨ ਦੀ ਉਹ ਹੈ ਜੀ ਆਪਸ਼ਨ ਚਾਰ, ਸੁਨੀਤੀ ਤੁਸੀਂ ਠੀਕ ਹੀ ਕਿਹਾ ਹੈ। ਅੱਗੇ ਹੈ ਜੀ ਕੁਐਸਚਨ ਨੰਬਰ 30, ਬੱਚਿਆਂ ਵਿੱਚ ਸਵੈ ਅਧਿਐਨ ਦੀ ਆਦਤ ਕਿਸ ਤਰ੍ਹਾਂ ਵਿਕਸਿਤ ਕੀਤੀ ਜਾ ਸਕਦੀ? ਸੋ ਸੈਲਫ ਸਟੱਡੀ ਦੀ ਹੈਬਿਟ ਆਪਾਂ ਡਿਵੈਲਪ ਕਰਨੀ ਹੈ ਬੱਚਿਆਂ ਦੇ ਅੰਦਰ, ਤਾਂ ਹੇਠ ਲਿਖਿਆ ਵਿੱਚੋਂ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਕੀਤੀ ਜਾ ਸਕਦੀ ਹੈ? ਆਪਸ਼ਨ ਏ ਹੈ ਜੀ ਮਹਾਨ ਵਿਅਕਤੀਆਂ ਦੀਆਂ ਉਦਾਹਰਨਾਂ ਦੇ ਕੇ, ਆਪਸ਼ਨ ਦੋ ਹੈ ਜੀ ਸਵੈ ਅਧਿਐਨ ਉੱਪਰ ਲੈਕਚਰ ਦੇ ਕੇ, ਆਪਸ਼ਨ ਤਿੰਨ ਹੈ ਜੀ ਆਪਣੀ ਉਦਾਹਰਨ ਦੇ ਕੇ, ਆਪਸ਼ਨ ਚਾਰ ਹੈ ਜੀ ਨਵਾਂ ਸਾਹਿਤ ਉਪਲਬਧ ਕਰਵਾ ਕੇ। ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ ਆਪਸ਼ਨ ਚਾਰ, ਬੱਚਿਆਂ ਦੇ ਅੰਦਰ ਜੇਕਰ ਆਪਾਂ ਸੈਲਫ ਸਟੱਡੀ ਦੀ ਹੈਬਿਟ ਡਿਵੈਲਪ ਕਰਨੀ ਹੈ ਤਾਂ ਉਸਦੇ ਲਈ ਉਹਨਾਂ ਨੂੰ ਨਵਾਂ ਸਾਹਿਤ ਉਪਲਬਧ ਕਰਾਵਾਂਗੇ, ਉਹਨਾਂ ਦੇ ਲੈਵਲ ਦੇ ਅਕੋਰਡਿੰਗ, ਉਹਨਾਂ ਦੇ ਇੰਟਰਸਟ ਦੇ ਅਕੋਰਡਿੰਗ, ਉਹਨਾਂ ਦੀ ਦਿਲਚਸਪੀ ਦੇ ਅਕੋਰਡਿੰਗ, ਜੋ ਉਹ ਪੜ੍ਹਨਾ ਚਾਹੁੰਦੇ ਨੇ ਉਸ ਦੇ ਅਕੋਰਡਿੰਗ ਉਹੋ ਜਿਹਾ ਸਾਹਿਤ ਉਹਨਾਂ ਨੂੰ ਲਿਆ ਕੇ ਦੇਵਾਂਗੇ। ਉਦਾਹਰਨ ਲਈ ਬੱਚਾ ਜੇਕਰ ਕਹਾਣੀਆਂ ਪਸੰਦ ਕਰਦਾ ਹੈ ਤਾਂ ਉਸਨੂੰ ਕਹਾਣੀਆਂ ਵਾਲੀ ਕੋਈ ਬੁੱਕ ਦੇਵਾਂਗੇ, ਕਵਿਤਾਵਾਂ ਪਸੰਦ ਕਰਦਾ ਉਸਨੂੰ ਕਵਿਤਾਵਾਂ ਵਾਲੀ ਬੁੱਕ ਦੇਵਾਂਗੇ। ਤਾਂ ਇਸ ਤਰੀਕੇ ਨਾਲ ਉਹਨਾਂ ਨੂੰ ਨਵਾਂ ਸਾਹਿਤ ਉਪਲਬਧ ਕਰਾ ਕੇ ਉਹਨਾਂ ਦੇ ਅੰਦਰ ਜਿਹੜੀ ਸੈਲਫ ਸਟੱਡੀ ਦੀ ਹੈਬਿਟ ਹੈ ਉਹ ਅਸੀਂ ਡਿਵੈਲਪ ਕਰ ਸਕਦੇ ਹਾਂ। ਇਸ ਦੇ ਨਾਲ ਜਿਹੜੀ ਸੈਲਫ ਸਵੈ ਅਧਿਐਨ ਦੀ ਜਿਹੜੀ ਆਦਤ ਹੈ ਉਹ ਵਿਕਸਿਤ ਕੀਤੀ ਜਾ ਸਕਦੀ। ਸੋ ਇਹ ਸੀ ਜੀ 2011 ਦਾ ਪੇਪਰ, ਬਹੁਤ ਜਲਦੀ ਬਾਕੀ ਪੇਪਰ ਵੀ ਜਿਹੜੇ ਨੇ 17 ਤੱਕ ਜੋ ਵੀ ਜਿੰਨੇ ਵੀ ਹੋਏ ਨੇ ਕੋਸ਼ਿਸ਼ ਕਰਾਂਗੇ ਕਿ ਸਾਰੇ ਦੇ ਸਾਰੇ ਉਹ ਅਪਲੋਡ ਕੀਤੇ ਜਾਣ, ਜਿਸ ਦੀ ਹੈਲਪ ਦੇ ਨਾਲ ਜਿਹੜੀ ਪ੍ਰੈਪਰੇਸ਼ਨ ਹੈ ਉਹ ਵਧੀਆ ਹੋ ਸਕੇ। ਸੋ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ ਔਰ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।